ਦੱਸਦੇ ਕਿ ਸਮੇਂ ਦੀ ਵੱਡੀ ਖਬਰ ਆ ਰਹੀ ਹੈ। ਇੱਕ ਹੋਰ ਵੱਡੀ ਵਾਰਦਾਤ ਹੋਈ ਹੈ ਜਿਸ ਦੇ ਵਿੱਚ ਇਮੀਗ੍ਰੇਸ਼ਨ ਵਾਲੇ ਦੀ ਕਾਰ ਤੇ ਗੋਲੀਆਂ ਚਲਾਈਆਂ ਗਈਆਂ ਨੇ। ਦੱਸਦੇ ਕਿ 5 ਤੋਂ 6 ਹਮਲਾਵਰ ਸੀ ਜਿਹੜੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਕਾਰ ਦੇ ਵਿੱਚ ਇੱਕ ਕਾਗਜ਼ ਰੱਖ ਕੇ ਜਾਂਦੇ ਨੇ ਜਿਸ ਤੇ ਨਾਮ ਅਤੇ ਨੰਬਰ ਲਿਖਿਆ ਹੁੰਦਾ, ਜਿਸ ਤੋਂ ਬਾਅਦ ਮੌਕੇ ਤੋਂ ਇਹ ਫਰਾਰ ਹੋ ਜਾਂਦੇ ਨੇ। ਦੱਸਦੇ ਕਿ ਬੱਸ ਸਟੈਂਡ ਦੇ ਨਜ਼ਦੀਕ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਖੜੀ ਕਾਰ ਦੇ ਉੱਤੇ ਇਹਨਾਂ ਵੱਲੋਂ ਅਣਪਛਾਤੇ ਹਮਲਾਵਰ ਸੀ, ਗੋਲੀਆਂ ਚਲਾਈਆਂ ਗਈਆਂ ਸੀ, ਪਰ ਉਸ ਸਮੇਂ ਗੱਡੀ ਦੇ ਵਿੱਚ ਕੋਈ ਨਹੀਂ ਸੀ, ਪਰ ਇਹਨਾਂ ਵੱਲੋਂ ਕਈ ਰਾਊਂਡ ਮੌਕੇ ਤੇ ਫਾਇਰ ਕੀਤੇ ਜਾਂਦੇ ਆ। ਤਾਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਬੱਸ ਸਟੈਂਡ ਨਜ਼ਦੀਕ ਇਹ ਵਾਰਦਾਤ ਵਾਪਰੀ ਹੈ ਜਿੱਥੇ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇੰਦਰਜੀਤ ਦੀ ਗੱਡੀ ਦੇ ਉੱਤੇ ਇਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਕਈ ਰਾਊਂਡ ਇਹਨਾਂ ਵੱਲੋਂ ਫਾਇਰ ਕੀਤੇ ਗਏ ਨੇ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਵੱਲੋਂ ਕਾਰ ਦੇ ਵਿੱਚ ਇੱਕ ਕਾਗਜ਼ ਰੱਖਿਆ ਜਾਂਦਾ ਹੈ ਜਿਸ ਤੇ ਇੱਕ ਨਾਮ ਅਤੇ ਨੰਬਰ ਲਿਖਿਆ ਹੁੰਦਾ, ਪਰ ਗਨੀਮਤ ਰਹਿੰਦੀ ਹੈ ਕਿ ਉਸ ਸਮੇਂ ਕਾਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ, ਜਿਸ ਕਰਕੇ ਕੋਈ ਨੁਕਸਾਨ ਨਹੀਂ ਹੋਇਆ, ਪਰ ਕਾਰ ਦਾ ਕਾਫੀ ਨੁਕਸਾਨ ਹੋ ਚੁੱਕਿਆ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਰ ਦੇ ਸ਼ੀਸ਼ੇ ਟੁੱਟੇ ਹੋਏ ਨੇ, ਗੋਲੀਆਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਾਰ ਤੇ ਲੱਗੀਆਂ ਹੋਈਆਂ ਨੇ, ਸ਼ੀਸ਼ੇ ਪੂਰੀ ਤਰੀਕੇ ਨਾਲ ਟੁੱਟ ਚੁੱਕੇ ਨੇ। ਦੱਸ ਦਈਏ ਕਿ ਜਲੰਧਰ ਦੇ ਬੱਸ ਸਟੈਂਡ ਨਜ਼ਦੀਕ ਇਹ ਕਾਰ ਪਾਰਕਿੰਗ ਦੇ ਵਿੱਚ ਖੜੀ ਸੀ, ਚਿੱਟੇ ਰੰਗ ਦੀ ਕਾਰ ਸੀ ਜਿਸ ਦੇ ਵਿੱਚ ਹਮਲਾਵਰ 5 ਤੋਂ 6 ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ, ਅਤੇ ਜਿਸ ਤੋਂ ਬਾਅਦ ਇੱਕ ਕਾਗਜ਼ ਜਿਸ ਤੇ ਨਾਮ ਅਤੇ ਨੰਬਰ ਲਿਖਿਆ ਹੁੰਦਾ ਉਹ ਮੌਕੇ ਤੇ ਛੱਡ ਕੇ ਫਰਾਰ ਹੋ ਜਾਂਦੇ ਨੇ, ਤੇ ਕਾਰ ਮਾਲਕ ਨੂੰ ਗੋਲੀਆਂ ਚੱਲਣ ਦਾ ਜਿਵੇਂ ਹੀ ਪਤਾ ਲੱਗਦਾ ਉਹ ਪੁਲਿਸ ਨੂੰ ਸੂਚਨਾ ਦੇ ਦਿੰਦਾ ਤੇ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਕਾਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਇੰਦਰਜੀਤ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਕਾਰ ਦੇ ਉੱਤੇ ਇਹ ਹਮਲਾ ਹੋਇਆ, ਕੁਝ ਸਮੇਂ ਪਹਿਲਾਂ ਹੀ ਆਪਣੀ ਕਾਰ ਸੀ ਜਿਹੜੀ ਉਹ ਦਫ਼ਤਰ ਦੇ ਸਾਹਮਣੇ ਪਾਰਕਿੰਗ ਦੇ ਵਿੱਚ ਖੜਾ ਕੇ ਗਏ ਸੀ, ਜਿਸ ਤੋਂ ਬਾਅਦ ਕਾਰ ਤੇ ਕੁਝ ਅਣਪਛਾਤੇ ਹਮਲਾਵਰ ਆਉਂਦੇ ਨੇ ਤੇ ਗੋਲੀਆਂ ਚਲਾ ਦਿੰਦੇ ਨੇ, ਪਰ ਉਸ ਸਮੇਂ ਕਾਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੁੰਦਾ। ਇਸ ਸੰਬੰਧੀ ਇੰਦਰਜੀਤ ਦਾ ਕਹਿਣਾ ਕਿ ਉਹਨਾਂ ਦੇ ਕਾਰ ਦੇ ਉੱਤੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ, ਇਸ ਸੰਬੰਧੀ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਗੋਲੀਆਂ ਚੱਲਣ ਦੀ ਜਦੋਂ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਕਰ ਦਿੰਦੇ ਨੇ, ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਕਾਰ ਦੇ ਵਿੱਚ ਲੱਗੀਆਂ ਗੋਲੀਆਂ ਅਤੇ ਖੋਲ ਨੂੰ ਬਰਾਮਦ ਕਰ ਲੈਂਦੀ ਹੈ। ਦੱਸਿਓ ਕੀ ਮੈਟਰ, ਕੀ ਸਾਰਾ ਫਾਇਰਿੰਗ ਹੋਈ ਹੈ, ਕੀ ਹੈ ਪੂਰਾ ਮਾਮਲਾ ਦੱਸ ਦਿਓ। ਸਾਡੇ ਕੋਲ 12:15 ਇਨਫੋਰਮੇਸ਼ਨ ਆਈ ਆ ਕਿ ਪਾਰਕਿੰਗ ਦੇ ਵਿੱਚ ਫਾਇਰਿੰਗ ਹੋ ਗਈ ਆ। ਇੱਥੇ ਜਦੋਂ ਆਏ ਹਾਂ ਡੈਲਟਾ ਚੈਂਬਰ ਦੇ ਵਿੱਚ ਇੰਦਰਜੀਤ ਸਿੰਘ ਨਾਮਕ ਇੱਕ ਇਮੀਗ੍ਰੇਸ਼ਨ ਦਾ ਕੰਮ ਆ ਉਹਨਾਂ ਦਾ, ਅਤੇ ਉਹਨਾਂ ਦੱਸਿਆ ਵੀ ਮੇਰੀ ਗੱਡੀ ਪਾਰਕਿੰਗ 'ਤੇ ਚਿੱਟੇ ਰੰਗ ਦੀ ਖੜੀ ਸੀਗੀ ਅਤੇ ਲਿੰਕ ਰੋਡ ਰਾਹੀਂ 3 ਮੋਨੇ, 1 ਸਰਦਾਰ ਦੇ 2 ਮੋਨੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਪਿਛਲੇ ਪਾਸੇ ਸ਼ੀਸ਼ੇ ਨੂੰ ਫਾਇਰ ਕਰਕੇ ਚੱਲ ਕੇ ਫਰਾਰ ਹੋ ਗਏ। ਅਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਅ ਸੀ ਮੌਜੂਦ ਸੀ? ਉਹਦੇ ਪੈਸੇ ਗੱਡੀ ਪਾਰਕਿੰਗ 'ਚ ਖੜੀ ਸੀ। ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਦੱਸਿਆ ਕਿ ਕੋਈ ਕਿਸੇ ਨੂੰ ਰੰਜਿਸ਼ ਵਗੈਰਾ ਛੱਡ ਕੋਈ ਤਰੀਕ ਹੁੰਦੇ ਤਫਤੀਸ਼ ਹੁੰਦੀ ਹੈ ਜੋ ਵੀ ਸਾਡੇ ਸੰਦੇ ਕਿੰਨੇ ਕਿੰਨੇ ਖੋਲ ਬਰਾਮਦ ਹੋਏ ਜੀ? ਪਿਛਲੇ ਪਾਸੇ ਹੋਏ ਆ, ਸਾਡੇ ਕੋਲ ਇੱਕ ਪੇਂਦਾ ਮਿਲਿਆ ਸਿਰਫ ਇਕੱਲਾ ਇੱਕ, ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ਤੱਥੇ ਪਏ ਆ ਜੀ। ਓਕੇ, ਤੇ ਗੱਲ ਕਰੀਏ ਕਿੰਨੇ ਫਾਇਰ ਹੋਏ, ਕਿੰਨੇ ਮੌਕੇ ਦੇ ਜਿਹੜੇ ਖੋਲ ਹੈ ਫਾਇਰ ਹੋਏ ਨੇ? ਤਕਰੀਬਨ 3 ਕੁ ਫਾਇਰ ਹੋਏ ਆ ਤੇ ਬਾਕੀ ਜਾਂਚ ਕਰ ਰਹੇ ਹਾਂ। ਫਾਇਰ ਸੁਖ ਗਿਆਨ ਟੀਮ ਸਾਡੇ ਕੋਲ ਭਾਈ ਸੀਸੀਟੀਵੀ ਹੈ ਇੱਥੇ ਜਿੱਥੋਂ ਆਰੋਪੀਆਂ ਬਾਰੇ ਪਤਾ ਲੱਗ ਸਕਦਾ ਹੈ? ਸੀਸੀਟੀਵੀ ਤਫਤੀਸ਼ ਹੋ ਰਹੀ ਹੈ ਜੀ, ਤਫਤੀਸ਼ ਹਰੇਕ ਐਂਗਲ ਤੋਂ ਤਫਤੀਸ਼ ਹੋ ਰਹੀ ਹੈ, ਉਸ ਤੋਂ ਬਾਅਦ ਜੋ ਸਾਹਮਣੇ ਸੱਚਾਈ ਹੈ ਤਾਂ ਦੱਸੀ ਜਾਊਗੀ। ਫਾਇਰ ਪਾਰਕਿੰਗ ਫਾਇਰ ਉਹਦੇ ਪਿਛਲੇ ਪਾਸੇ ਚੱਲ ਰਿਹਾ ਹੈ। ਕੀ ਕੰਮ ਕੀ ਕਰਦੇ ਨੇ ਜਿਹੜੇ? ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਜੀ, ਡੈਲਟਾ ਚੈਂਬਰ ਦੇ ਵਿੱਚ ਦਫ਼ਤਰ ਇਹਨਾਂ ਦਾ। ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ? ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਤੇ ਤਾੜ ਤਾੜ ਦੀ ਆਵਾਜ਼ਾਂ ਸੁਣੀਆਂ, ਛੋਟੇ ਛੋਟੇ ਇਕੱਠੇ ਸੀਗੇ, ਪਾਰਕਿੰਗ ਦਾ ਇੱਕ ਮੁੰਡਾ ਸੀ, ਉਹਨੂੰ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਤੇ ਗੱਡੀ ਦੇ ਬੰਦੇ ਦੇ ਨਾਮ ਲੋ ਬੰਦੇ ਗੋਲੀਆਂ ਮਾਰ ਕੇ ਫਰਾਰ ਹੋ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਸੀ? ਨਹੀਂ, ਕੋਈ ਸਾਡੇ ਕੋਲ ਤਾਂ ਹੈ ਨਹੀਂ, ਫਿਰ ਵੀ ਉਹ ਥਾਣੇ ਗਏ ਆ, ਜੋ ਵੀ ਗੱਲ ਸਾਹਮਣੇ ਸੱਚਾਈ ਤਾਂ ਦੱਸ ਦਿੰਦੇ। ਸਰ ਇਹ ਆਮ ਤੌਰ 'ਤੇ ਹੀ ਹੋ ਗਿਆ ਜੀ ਜਲੰਧਰ ਦੇ ਵਿੱਚ, ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ? ਜੋ ਸੱਚਾਈ ਹੋ ਗਈ? ਨਹੀਂ ਨਹੀਂ, ਸੱਚਾਈ ਤਾਂ ਠੀਕ ਹੈ ਜੀ, ਮਤਲਬ ਰੋਜ਼ ਹੀ ਗੋਲੀਆਂ ਚੱਲ ਰਹੀਆਂ ਸਰ, ਕਿਵੇਂ ਰੁਕੂਗਾ ਜੀ? ਸ਼ਾਇਦ ਫੜੇ ਜਾਣ ਸ਼ਾਮ ਤੱਕ ਸਾਰੀ ਕਾਰਵਾਈ ਹੋਊਗੀ।
ਕੋਈ ਸੀਸੀਟੀਵੀ ਵਗੈਰਾ ਦੇਖੀ ਤੁਸੀਂ? ਦੇਖੋ ਜੀ ਕਰ ਰਹੇ ਹਾਂ ਖਾਲਣ ਦੇ, ਦੇਖੋ ਸਾਹਮਣੇ ਕੈਮਰਾ ਇੱਕ ਪੀਜ਼ਾ 24 ਵਾਲਿਆਂ ਦਾ, ਉਹ ਵੀ ਦੇਖਣ ਲੱਗੇ। ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗਦੀ, ਕੀ ਕਾਰਨ ਕੀ ਲੱਗਦਾ? ਕੁਛ ਨਹੀਂ ਦੱਸ ਸਕਦੇ। ਉਹਨਾਂ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੁਛ ਇਹਦਾ ਗੱਲ ਹੋਈ? ਕਿਉਂਕਿ ਟ੍ਰੈਵਲ ਏਜੰਟ ਦਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇਣ ਹੋਵੇ, ਨਹੀਂ ਕੋਈ ਲੈਣ ਦੇਣ ਦਾ ਮਾਮਲਾ ਹੋਵੇ? ਦੱਸ ਸਕਦੇ ਸਰ ਉਹ ਥਾਣੇ ਗਏ ਆ, ਜਿਹੜੀ ਸਰ ਸਮਝਾਣ ਦੀ ਕੋਈ ਟੀਮ ਆਈ ਆ ਉਹ ਦੇਖੂਗੀ, ਜੋ ਤਫਤੀਸ਼ ਹੋਊਗੀ ਤੁਹਾਡੇ ਸਾਹਮਣੇ। ਮਨਿੰਦਰ ਜੀ, ਜਿੱਦਾਂ ਕੁਛ ਇਹਨਾਂ ਨੇ ਦੱਸਿਆ ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੌਸ਼ਲ ਚੌਧਰੀ ਨਾਮ ਲਿਖਿਆ ਹੋਇਆ ਸੀਗਾ, ਪੇਪਰ ਉਹ ਪਹਿਲਾਂ ਕਹਿੰਦਾ ਸ਼ੀਸ਼ੇ ਦੇ ਬਾਅਦ ਚਪਕਾ ਗਏ ਸੀਗੇ, ਕੌਸ਼ਲ ਚੌਧਰੀ ਲਿਖਿਆ 5 ਕਰੋੜ ਰੁਪਈਆ ਬਸ। ਅੱਛਾ, ਫੇਕ ਹੈਗਾ ਕਿਸੇ ਨੇ ਕੋਈ ਇੱਥੇ ਕੋਈ ਇੱਦਾਂ ਦੀ ਗੱਲਬਾਤ ਸਾਹਮਣੇ ਆਈ ਨਹੀਂ ਵੈਸੇ। ਦੇਖੋ ਬਾਕੀ ਉਹ ਗਏ ਆ ਥਾਣੇ, ਸੈਲਫ ਜਾਂ ਟੀਮ ਜਿਹੜੀ ਹੁਣ ਅਗਲੀ ਸਰ ਕੀ ਕਾਰਵਾਈ ਕੀਤੀ ਹੈ? ਅਗਲੀ ਮੁਕੱਦਮਾ ਦਰਜ ਕਰਾਂਗੇ, ਤਫਤੀਸ਼ ਹੋਊਗੀ। ਕੀ ਨਾਮ ਹੈ ਸਰ ਆਪਣਾ? ਮੇਰਾ ਨਾਮ ਯਸ ਬਲਵਿੰਦਰ ਸਿੰਘ, ਡਿਊਟੀ ਅੱਜ ਨਵੀਂ ਬਾਰ ਦੇ। ਚਲਾਣ ਦਾ ਕਾਰਨ ਕੀ ਹੈ ਜੀ? ਕੋਈ ਬੰਦੇ ਨਾਲ ਤੁਹਾਡੀ ਰੰਜਿਸ਼ ਹੈ ਜਾਂ ਪਛਾਣ ਨਹੀਂ? ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ। ਕਦੋਂ ਗੱਡੀ ਖੜੀ ਕਰਾਈ ਸੀਗਾ ਉਸ ਵਕਤ? ਕੋਈ ਕੀ ਨਾਮ ਸੀ ਤੁਹਾਡਾ? ਇੰਦਰਜੀਤ ਭਾਈ। ਕਾਹਦਾ ਕੰਮ ਸਰ? ਇਮੀਗ੍ਰੇਸ਼ਨ ਦਾ ਭਾਈ। ਭਾਜੀ ਜਦੋਂ ਗੋਲੀਆਂ ਚੱਲੀਆਂ ਗੱਡੀ 'ਚ ਸੀ ਉਸ ਵਕਤ ਕੋਈ? ਨਹੀਂ ਕੋਈ ਨਹੀਂ ਹੈ ਭਾਈ, ਖੜੀ ਗੱਡੀ। ਖੜੀ ਗੱਡੀ ਨੇ ਮਾਰੀ ਹੈ। ਨਹੀਂ ਤੁਸੀਂ ਉਸ ਮੌਕੇ ਕਿੱਥੇ ਸੀ? ਮੈਂ ਆਪਣੇ ਆਫਿਸ 'ਚ ਬੈਠਾ ਸੀ। ਕਿੰਨੇ ਰੂਮ ਫਾਇਰ ਹੋਏ? ਇਹ ਤਾਂ ਭਾਜੀ ਮੈਨੂੰ ਪਤਾ ਨਹੀਂ, ਹੁਣ ਤਾਂ ਫੋਰਿੰਗ ਵੱਲ ਭਾਜੀ ਕੀ ਲੱਗਦਾ ਕਿੰਨੇ ਚਲਾਈਆਂ ਹੋਣਗੀਆਂ ਤੁਹਾਨੂੰ ਕੋਈ ਸ਼ੱਕ? ਕੋਈ ਜਿੰਨੀਆਂ ਵੀ ਗੋਲੀਆਂ ਚੱਲੀਆਂ ਕਿੱਧਰ ਫੋਨ ਆਇਆ ਹੋਵੇ ਭਾਈ, ਕਿਸੇ ਦਾ ਕੋਈ ਕਾਲ ਨਹੀਂ? ਨਹੀਂ ਕੋਈ ਤੁਹਾਨੂੰ ਕੋਈ ਲੱਗਦਾ ਕਿ ਤੁਹਾਡੇ ਨਾਲ ਕੋਈ ਰੰਜਿਸ਼ ਹੈ ਜਾਂ ਕਿਸੇ ਦੀ ਜਾਂ ਕੋਈ ਕਾਰਨ ਹੈ? ਭਾਜੀ ਹੈ ਹੀ ਨਹੀਂ ਭਾਜੀ। ਨਹੀਂ ਗੱਡੀਆਂ ਦੇ ਇੱਥੇ ਭਾਜੀ ਬਹੁਤ ਲੱਗੀਆਂ, ਘੱਟੋ ਘੱਟ ਪਾਰਕਿੰਗ 'ਚ 50 ਗੱਡੀ ਲੱਗੀ, ਤੁਹਾਡੀ ਗੱਡੀ 'ਤੇ ਕੋਈ ਗੋਲੀਆਂ ਟਾਰਗੇਟ ਕੀਤੀਆਂ? ਪੁਲਿਸ ਵਾਲੇ ਕਰਨਗੇ ਭਾਈ, ਉਹੀ ਦੱਸਣਗੇ ਚਲੋ ਠੀਕ।